जगबन टीवी देख रहे सारे दर्शकों का स्वागत है। मैं हाँ कवलजीत कंबोज। इस वेले असी एक पटियाला दे सनोर हल्के दे इट्टां दे भट्ठे दे उपर मौजूद हाँ। इट्टां नूं लैके एक वड्डी अपडेट देण लगे हाँ कि आने वाले सीजन दे विच जिहड़ा कि अक्तूबर का सीजन आउंदा हुंदा है तां उस दे विच इट्टां बणदियां हुंदियां ने लोकां तक पहुंचदियां ने, तां हुण जिहड़ी इट्टां ने ओह लोकां तक नहीं पहुंचणगियां। इस दा कारण जो है दस दईए कि इट जिहड़े भट्ठे मालक ने ओह हड़ताल ते जा रहे ने, काम बंद कर रहे ने बिलकुल ही। कारण की है इसका, क्यों काम बंद किया जा रहा है, क्यों नहीं लोगों को इट्टा मिलनगियां, तो वह भी जानांगे। साडे नाल सुरेंद्र सिंगला जी मौजूद ने जिहड़े कि इस पट्ठे के ओनर भी ने। कारण की है सर इसका भी इट्टा बंद हो जाएगी अगले सीजन के नहीं बनगियां? सब तो पहला मैं पंजाब केसरी के सारे सज्जनों को नमस्कार बोलना। जो इट्टा का व्यापार है वह मैनुफैक्चरिंग साड़ी 30 जून तो वैसे रूटीन च बंद हो जाती है। अगले सीजन असी ये व्यापार को दोबारा नहीं चालू कर पावे, असी असमर्थ है। ਉਹਦਾ ਕਾਰਨ ਹੈ ਸਭ ਤੋਂ ਵੱਡਾ ਫਿਊਲ ਜਿਹੜਾ ਸਾਡਾ ਕੋਲਾ ਹੈਗਾ ਉਹ ਇੰਪੋਰਟਡ ਕੋਲ ਅਸੀਂ USA ਤੋਂ ਇੰਪੋਰਟ ਕਰਕੇ ਵਾਇਆ ਗੁਜਰਾਤ ਅਸੀਂ ਆਪਣੇ ਭੱਠਿਆਂ 'ਤੇ ਲੈ ਕੇ ਆਉਂਦੇ ਹਾਂ, ਜਿਹਦਾ ਰੇਟ ਪਿਛਲੇ ਸੀਜ਼ਨ ਤੋਂ 2.5 ਤੋਂ 3 ਗੁਣਾ ਇਨਕਰੀਜ਼ ਕਰ ਗਿਆ ਸੀਜ਼ਨ ਦੇ ਵਿੱਚ, ਜਿਸ ਕਾਰਨ ਸਾਡੇ ਇਸ ਟ੍ਰੇਡ ਦੇ ਵਿੱਚ ਅਸੀਂ ਸਰਵਾਈਵਲ ਨਹੀਂ ਹੈ। ਸਾਡੀ 2000 ਤੋਂ ਲੈ ਕੇ 2500 ਰੁਪਇਆ ਕੋਸਟਿੰਗ ਵਧੀ ਹੈ ਪਿਛਲੇ ਸਾਲ ਨਾਲੋਂ, ਜਿਹੜੀ ਕਿ ਸਾਨੂੰ ਅਸੀਂ ਪੂਰੀ ਕੋਸ਼ਿਸ਼ ਕਰ ਲਈ 1500 ਤੋਂ 2000 ਤੋਂ ਵੱਧ ਸਾਨੂੰ ਪ੍ਰਾਪਤ ਨਹੀਂ ਹੋਈ ਕਸਟਮਰਸ ਤੋਂ। ਅਸੀਂ ਕਸਟਮਰ ਨੂੰ ਵੀ ਕਿੰਨਾ ਕੁ ਦੱਬ ਸਕਦੇ ਹਾਂ, ਸੋ ਅਸੀਂ ਅਪੀਲ ਕਰਦੇ ਹਾਂ ਸਟੇਟ ਗੌਰਮੈਂਟ ਨੂੰ, ਸੈਂਟਰ ਗੌਰਮੈਂਟ ਨੂੰ ਵੀ ਇਹਦੇ ਬਾਰੇ ਕੋਈ ਵਿਚਾਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸੀਜ਼ਨ 'ਚ ਅਸੀਂ ਆਪਣੀ ਲੇਬਰ ਦਾ ਆਪਣਾ ਅਸੀਂ ਪੇਟ ਭਰ ਸਕੀਏ। ਅਗਰ ਅਦਰਵਾਈਜ਼ ਅਸੀਂ ਅਸਮਰਥ ਹੈ ਇਸ ਟ੍ਰੇਡ ਨੂੰ ਦੁਬਾਰਾ ਚਲਾਉਣ ਦੇ ਵਿੱਚ, ਇਹ ਕਹਿੰਦਾ ਹੋਇਆ। ਇਹਦੇ ਨਾਲ ਹੀ ਅਸੀਂ ਸੈਂਟਰ ਦੀ GST ਡਿਪਾਰਟਮੈਂਟ ਨੂੰ ਵੀ ਅਪੀਲ ਕਰਦੇ ਹਾਂ ਵੀ ਜੋ GST ਸਾਡੇ 'ਤੇ 5% ਸੀ ਉਹ ਹੁਣ 1 ਅਪ੍ਰੈਲ ਤੋਂ 5% ਕਰ ਦਿੱਤਾ ਹੈ, ਜਿਹੜਾ ਕਿ ਸਿੱਧਮ ਸਿੱਧਾ ਇੱਕ ਆਮ ਕਸਟਮਰ ਦੀ ਜੇਬ 'ਤੇ ਡਾਕਾ 400 ਰੁਪਏ ਪ੍ਰਤੀ ਹਜ਼ਾਰ ਦਾ, ਕਿਉਂਕਿ 7% ਦੀ ਇਨਕਰੀਜ਼ ਬਹੁਤ ਜ਼ਿਆਦਾ ਹੈਗੀ। ਅਤੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ, ਸਾਡੀ ਸੈਂਟਰ ਬੋਡੀ ਦੇ ਜਿਹੜੇ ਹੈੱਡ ਨੇ ਸੀਤਾਰਮਨ ਜੀ, ਸਾਡੇ ਫਾਈਨਾਂਸ ਮੰਤਰੀ ਨੇ, ਵੀ ਇਹਦੇ ਬਾਰੇ ਮੁੜ ਵਿਚਾਰਿਆ ਜਾਵੇ, ਇਸ ਨੂੰ ਦੁਬਾਰਾ ਤੋਂ ਵਾਪਸ 5% ਦੇ ਵਿੱਚ ਲਿਆਂਦਾ ਜਾਵੇ, ਕਿਉਂਕਿ ਅਸੀਂ ਪਹਿਲੀ 2-2.5 ਸਾਲ ਕੋਰੋਨਾ ਦੀ ਮਾਰ ਝੱਲ ਚੁੱਕੇ ਹਾਂ, ਅਸੀਂ ਸਾਡੀ ਇੰਡਸਟਰੀ ਇਹ ਮਾਰ ਹੋਰ ਚੱਲਣ ਦੀ ਕਾਬਿਲ ਨਹੀਂ ਹੈਗੀ। ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ ਕਿ ਅਸੀਂ ਲੇਬਰ ਜੋ ਹੈ ਪਹਿਲਾਂ ਹਾਇਰ ਕਰਦੇ ਹਾਂ, ਤਾਂ ਹਾਇਰ ਜਿਹੜੀ ਹੈ ਉਹ ਕਰ ਲਈ ਗਈ ਹੈ, ਪੈਸੇ ਜਿਹੜੇ ਉਹਨਾਂ ਤੱਕ ਪਹੁੰਚ ਚੁੱਕੇ ਨੇ ਐਡਵਾਂਸ, ਤਾਂ ਅਕਤੂਬਰ ਦੇ ਵਿੱਚ ਲੇਬਰ ਪਹੁੰਚੇਗੀ, ਤਾਂ ਉਹਨਾਂ ਨੂੰ ਕੀ ਕਿਹਾ ਜਾਵੇਗਾ? ਨਹੀਂ, ਜੋ ਲੇਬਰ ਅਸੀਂ ਹਾਇਰ ਕਰਦੇ ਹਾਂ ਉਹਦਾ ਪ੍ਰੋਸੀਜਰ ਹੁਣ ਜੂਨ ਤੋਂ ਹੀ ਸਟਾਰਟ ਹੁੰਦਾ, ਜੂਨ ਜੁਲਾਈ ਤੋਂ। ਇਸ ਵਾਰ ਇਹੀ ਸਾਡੀ 23 ਜੂਨ ਨੂੰ ਜਿਹੜੀ ਮੀਟਿੰਗ ਹੋਈ ਹੈ ਆਲ ਇੰਡੀਆ ਦੀ, ਉਹਦੇ ਵਿੱਚ ਅਸੀਂ ਇਹੀ ਐਲਾਨੇ ਹਾਂ ਵੀ ਨੈਕਸਟ ਸੀਜ਼ਨ ਵਾਸਤੇ ਅਸੀਂ ਕੋਈ ਵੀ ਲੇਬਰ ਨੂੰ ਬੁਕਿੰਗ ਨਹੀਂ ਕਰਾਂਗੇ, ਕੋਈ ਲੇਬਰ ਨੂੰ ਪੱਕਾ ਨਹੀਂ ਕਰਾਂਗੇ, ਕੋਈ ਲੇਬਰ ਹਾਇਰ ਨਹੀਂ ਕਰਾਂਗੇ, ਕਿਉਂਕਿ ਜਦੋਂ ਅਸੀਂ ਪੱਠਾ ਚਲਾਉਣਾ ਹੀ ਨਹੀਂ ਹੈਗਾ ਤਾਂ ਅਸੀਂ ਲੇਬਰ ਨੂੰ ਲਗਾ ਰੱਖ ਕੇ ਕਰਾਂਗੇ। ਦੇਖੀ ਜਿਸ ਤਰ੍ਹਾਂ ਤੁਸੀਂ ਕੋਲੇ ਦੀ ਦੱਸੀ ਹੈ ਵੀ ਕੋਲੇ ਦਾ ਕਾਰਨ ਦੱਸਿਆ, ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਜਿਹੜਾ ਕਿ ਆਉਣ ਵਾਲੇ ਸੀਜ਼ਨ 'ਚ ਜਿਹੜੀਆਂ ਇੱਟਾਂ ਨੇ ਉਹ ਨਹੀਂ ਬਣਨਗੀਆਂ? ਮੇਜਰ ਤਾਂ ਦੇਖੋ ਜੀ ਕੋਲਾ ਹੀ ਹੈਗਾ, ਕਿਉਂਕਿ ਫਿਊਲ ਦਾ ਜਿਹੜਾ ਬਹੁਤ ਵੱਡਾ ਪਾਰਟ ਹੈ, ਦੂਸਰਾ GST ਹੈਗਾ, ਦੋ ਹੋਰ ਪਾਰਟ ਨੇ ਜਿਹੜੇ ਕਿ ਇੱਕ ਸਟੇਟ ਬੋਡੀ ਦੇ ਹੱਥ 'ਚ ਨੇ, ਸਟੇਟ ਗੌਰਮੈਂਟ ਦੇ ਹੱਥ 'ਚ ਨੇ, ਉਹਨਾਂ ਬਾਰੇ ਵੀ ਅਸੀਂ ਟਾਈਮ ਟੂ ਟਾਈਮ ਗੌਰਮੈਂਟ ਲਵੇ ਅਸੀਂ ਆਪਦੀ ਅਪੀਲ ਕਰਦੇ ਰਹੇ ਹਾਂ। ਸਭ ਤੋਂ ਵੱਡਾ ਮੈਟਰ ਹੈਗਾ ਮਾਈਨਿੰਗ, ਜਿਹੜਾ ਕਿ ਕੋਈ ਮੈਟਰ ਹੀ ਨਹੀਂ ਸੀ, ਮੈਨੂੰ 35 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਕੰਮ ਕਰਦਿਆਂ ਨੂੰ, ਇਹ ਖਾਮ ਖਾਹ ਦਾ ਐਵੇਂ ਇੱਕ ਵਡੰਬਰ ਬਣਾਇਆ ਹੋਇਆ। ਪਿਛਲੀ ਸਰਕਾਰ ਜਿਹੜੀ ਆਪਣੇ ਚੰਨੀ ਸਾਹਿਬ 111 ਦਿਨ ਦੀ ਸਰਕਾਰ ਬਹੁਤ ਵੱਡਾ ਰੌਲਾ ਪਾ ਕੇ ਗਈ ਸੀ ਜੀ, ਭੱਠਿਆਂ ਦੇ ਉੱਪਰ ਰੋਇਲਟੀ ਖਤਮ ਕਰ ਦਿੱਤੀ ਹੈ, ਜਿਹੜਾ ਕਿ ਸਰਾਸਰ ਝੂਠ ਹੈ। ਸਾਡੇ 'ਤੇ 30,000 ਰੁਪਏ ਰੋਇਲਟੀ ਦੀ, 30 ਦਾ 60,000 ਕਰ ਦਿੱਤਾ, ਔਰ ਉਸਦੇ ਬਾਈਂਡਿੰਗ ਕਰਤੀ ਸਿਰਫ 2 ਏਕੜ, ਵੀ 2 ਏਕੜ ਜ਼ਮੀਨ ਹੀ ਇਹ ਪੁੱਟ ਸਕਦੇ ਨੇ, ਸਿਰਫ 3 ਕਿੱਲੇ। ਉਹਦੇ ਵਿੱਚ ਵੀ ਸਾਨੂੰ ਬੜੀ ਮੁਸ਼ਕਤ ਕਰਨੀ ਪੈਂਦੀ ਹੈ, ਬੜੀ ਵੱਡੀ ਫਾਰਮੈਲਿਟੀਜ਼ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਵੀ ਸਾਨੂੰ ਹਰ ਚੀਜ਼ ਤੋਂ ਰਿਲੈਕਸ ਕੀਤਾ ਜਾਵੇ, ਟੈਕਸ ਸਾਡੇ ਤੋਂ ਚਾਹੇ ਹੋਰ 30 ਦਾ 60 ਲੈ ਲਿਆ ਕੋਈ ਵਹਿਮ ਨਹੀਂ ਹੈਗਾ, ਲੇਕਿਨ ਸਾਨੂੰ ਇਹ ਬਾਈਂਡਿੰਗ ਨਹੀਂ ਹੋਣੀ ਚਾਹੀਦੀ ਜਗ੍ਹਾ ਜਗ੍ਹਾ 'ਤੇ। ਹਰ ਜਗ੍ਹਾ 'ਤੇ ਕਦੇ ਕੋਈ ਲੋਕਲ ਪੁਲਿਸ ਵਾਲਾ ਆ ਗਿਆ, ਕਦੇ 100 ਨੰਬਰ 'ਤੇ ਡਾਇਲ ਕਰਤਾ, ਠੀਕ ਹੈ। ਰੇਤੇ ਦੀ ਮਾਈਨਿੰਗ ਦੀ ਕੋਈ ਪ੍ਰੋਬਲਮ ਹੋਏਗੀ, ਮਿੱਟੀ ਦੀ ਕਾਹਦੀ ਮਾਈਨਿੰਗ ਹੈ, ਪ੍ਰਾਈਵੇਟ ਖੇਤਾਂ ਦੇ ਵਿੱਚ ਅਸੀਂ ਮਿੱਟੀ ਚੁੱਕਦੇ ਹਾਂਗੇ, ਪ੍ਰਾਈਵੇਟ ਖੇਤਾਂ ਦੇ ਮਾਲਕਾਂ ਨੂੰ ਅਸੀਂ ਪੈਸੇ ਦੇ ਕੇ ਮਿੱਟੀ ਲੈਂਦੇ ਹਾਂ। ਇਹਦੇ ਵਿੱਚ ਮੈਂ ਨਹੀਂ ਸਮਝਦਾ ਵੀ ਕੋਈ 2 ਜਾਂ 3 ਫੁੱਟ 2.5 ਫੁੱਟ ਕੋਈ ਮਿੱਟੀ ਮਾਈਨਿੰਗ ਦੇ ਵਿੱਚ ਆਉਣੀ ਚਾਹੀਦੀ, ਉਹਨੂੰ ਮਾਈਨਿੰਗ 'ਚੋਂ ਬਾਹਰ ਕਰ ਦੇਣਾ ਚਾਹੀਦਾ। ਅਤੇ ਇਸ ਤੋਂ ਇਲਾਵਾ ਲੇਬਰ ਦੇ ਹੋਰ ਡਿਪਾਰਟਮੈਂਟ ਨੇ, ਛੋਟੇ ਛੋਟੀਆਂ ਹੋਰ ਪ੍ਰੋਬਲਮਸ ਹੈਗੀਆਂ ਜਾਂ ਸਟੇਟ ਗੌਰਮੈਂਟ ਵਾਸਤੇ ਕੋਈ ਵੀ ਖਾਸ ਗੱਲ ਨਹੀਂ ਹੈਗੀ, ਅਗਰ ਉਹ ਕਰਨਾ ਚਾਹੁੰਦੇ ਤਾਂ ਉਹਨਾਂ ਵਾਸਤੇ ਇੱਕ ਸਾਈਨ ਦੀ ਜਾਂ ਇੱਕ ਦਿਨ ਦੀ ਜ਼ਰੂਰਤ, ਇੱਕ ਦਿਨ ਦਾ ਕੰਮ ਹੈਗਾ। ਅਤੇ ਅਸੀਂ ਰਿਕੁਐਸਟ ਕਰਦੇ ਹਾਂ ਸਾਡੀ ਨਵੀਂ ਬਣੀ ਸਰਕਾਰ ਸਰਦਾਰ ਭਗਵੰਤ ਮਾਨ ਜੀ ਨੂੰ ਵੀ ਸਾਡੇ ਵਫਦ ਨੂੰ, ਸਾਡੀ ਸਟੇਟ ਬੋਡੀ ਨੂੰ ਟਾਈਮ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੀਆਂ ਪ੍ਰੋਬਲਮਸ ਨੂੰ ਉਹਨਾਂ ਦੇ ਮੂਹਰੇ ਰੱਖੀਏ ਅਤੇ ਉਹਨਾਂ ਨੂੰ ਹੱਲ ਕਰਵਾਈਏ। ਜਿਸ ਤਰ੍ਹਾਂ ਤੁਸੀਂ ਆਪਣੀ ਪ੍ਰੋਬਲਮ ਦੱਸ ਰਹੇ ਹੋ, ਆਪਣੀ ਪ੍ਰੋਬਲਮ ਦੱਸੀਆਂ ਤੁਸੀਂ, ਮੁਸ਼ਕਿਲਾਂ ਦੱਸੀਆਂ ਨੇ, ਤਾਂ ਦੱਸ ਦਈਏ ਕਿ ਜਿਹੜਾ ਇਸ ਜਿਹੜਾ ਤੁਹਾਡੀ ਹੜਤਾਲ ਦੇ ਨਾਲ 2.5 ਲੱਖ ਦੇ ਕਰੀਬ ਜਿਹੜੇ ਨੇ ਮਜ਼ਦੂਰ ਨੇ ਜਿਹੜੇ ਉਹ ਪ੍ਰਭਾਵਿਤ ਹੋਣਗੇ ਇਸ ਦੇ ਨਾਲ, ਜਿਹੜਾ ਕੰਮ ਨਹੀਂ ਚੱਲੇਗਾ ਤਾਂ 2.5 ਲੱਖ ਦੇ ਕਰੀਬ ਮਜ਼ਦੂਰ ਨੇ ਜਿਹੜੇ ਉਹ ਬੇਰੁਜ਼ਗਾਰ ਹੋ ਜਾਣਗੇ? ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ, ਕਿਉਂਕਿ ਪੰਜਾਬ ਦੇ ਵਿੱਚ 2500 ਤੋਂ ਲੈ ਕੇ 2700 ਭੱਠਾ ਹੈ,
डायरैक्टली इनडायरैक्टली 50 तो लैके 100 पट्ठा पट्ठे दे उपर लेबर काम करती है जिहड़ी कि सीधे तौर पर इफेक्ट होएगी और इन्हां दी रोजी रोटी क्योंकि एक ऐसी क्लास है यह लिटरल क्लास है जिहड़ी कि होर काम नहीं कर सकती हैगी पट्ठे का काम करने वाली लेबर पट्ठे का ही काम करती है डायरैक्टली इनडायरैक्टली लॉस झेलना पेगा यह वजन भी स्टेट बॉडी के उपर पेगा जो इन्नी 2-2.5 लाख बंदा इस कले एक ट्रेड करके वेला हो जाऊगा तो समझते ही हो तुसी उहदे रिजल्ट की निकलणगे पहले ही ट्रेड का बुरा हाल है पहली स्टेट का बुरा हाल है पहली भुखमरी है पहली चोरियां डकैतियां इन्नियां हो चुकियां ने तो असी रिक्वेस्ट करते हैं जल्दी तो जल्दी साडी जिहड़ी रिक्वेस्ट है साडी सुनी जाए स्टेट बॉडी सुने सेंटर बॉडी सुने कोई इस तरह की पॉलिसी बनावे ता कि असी आपदा रोजी रोटी चला सके जिस तरह हम तुम हड़ताल से जाओगे अगले सीजन ईटा नहीं बनणगियां तो जिस तरह मजदूर प्रभावित हो रहे हैं तो आम लोग भी प्रभावित होंगे क्योंकि जिन्हें भी बिल्डिंग बनानी या घर बनाना अपना तो वो ईटा की लोड़ पैंदी है तो वह नहीं पहुंचनगियां उत्थे बन के ताकि पंजाब सरकार की मुलाकात की वेट की जाएगी नहीं मैं रिक्वेस्ट करदा हर आम बंदे नू हर आम जनता दे हर बंदे नू अपील करदा भी असी तो अपने लैवल से रिक्वेस्ट कर ही रहे हैं क्योंकि जनता जनार्दन जिहड़ी हैगी उन्हां दे वल्लों जिहड़ी अपील हुंदी है वह बहुत ज्यादा काम करती है जिवें कि कल ही आपां देखिया जिमनी चोणां दे विच 3 महीने तो बाद रिजल्ट की आए ने ते मैं रिक्वेस्ट करदा आल पंजाब दे हर मैंबर नूं हर पठा मालक नहीं हर 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 रहण वाले बंदे नूं जिन्हां ने भी घर बनाउणा भी साडी मजबूरी है ईटां दे रेट नहीं आसमान नूं छूणगे क्योंकि जदों प्रोडक्शन नहीं होनी तां ईटां दे रेट इनक्रीज होणी होणी है हर बंदा अपने लैवल ते चाहे वह तहसील है चाहे वह जिला है चाहे वह मोहल्ला है चाहे वह पिंड है असी सारों रिक्वेस्ट करते हैं भी साडी इह आवाज स्टेट गवर्नमेंट या सेंटर गवर्नमेंट लेवे पहुंचाई जाए पहला नालों GST दर किन्ना क वधिया पहला 5% सी जी हुण 12% हो गया 7% की इनक्रीज हैगी इहदे विच जिस तरह हुण पट्ठे बंद रहणगे आने वाले सीजन किस तरह घर गुजारा करोगे तुसीं घर चलाओगे नहीं चलो 2-2.5 महीने तो साडा ट्रेड हमेशा ही इह दो साडा जिहड़ा रेनिंग सीजन हुंदा बंद हुंदा मेन इफेक्ट तो जिहड़ा करेगा अगले सीजन अगर नहीं पट्ठे चलणगे तो कोई अल्टरनेटिव देखांगे जी हजे फिलहाल तो मजबूरी है देखते हैं की कहिंदे ने इस चक्कर दे विच 9 महीने खिंचे जिहड़ा बिजनेस इस करके खिंचे भी शायद अज ठीक हो जाए शायद कल ठीक हो जाए पर नहीं लगता हजे तक कोई एफर्ट्स नहीं हैगियां कोई इस तरह दियां सानूं नहीं लगता भी सेंटर वालों कोई कोशिश जारी है जां कोई स्टेट वालों कोशिश जारी है क्योंकि स्टेट दे विच रीसेंटली मार्च च इलैक्शन होकर हटी है 3 महीने पहला सरकार काम बंद कर दिंदी है 3 महीने नवी हनीमून पीरियड चल रहा है साडी तां कोई सुनवाई है नहीं असीं रिक्वेस्ट करदे हां फिर भी क्योंकि जमीन नाल जुड़ी हुई सरकार है शायद जमीन दे नाल जुड़े हुए बंदियां दी कोई शायद साडी अपील सुन सके जिस तरह रिक्वेस्ट कर रहे हो तुसीं किया भी है तुसीं की मुलाकात भी करांगे असीं पिछले समय दे विच किन्ना का घाटा पिया अपने जिहड़ा अपने पट्ठा मालकां नूं घाटा डायरैक्टली देखो जी जिहड़ा पिछले साल 5200 रुपये रेट सी उदू बाद घट्टो घट्ट साडी 2200 तों 2300 रुपये साडी अपनी कॉस्ट इनक्रीज कर गई ਜਿਹਦਾ ਜਿਹਦੇ ਹਿਸਾਬ ਨਾਲ 7500 ਰੁਪਏ ਰੇਟ ਹੋਣਾ ਚਾਹੀਦਾ ਅਗਰ ਪਿਛਲੇ ਸਾਲ ਦੇ ਰੇਟ ਨਾਲ ਕੰਪੇਅਰ ਕਰੀਏ ਤੁਹਾਨੂੰ ਮੈਂ ਕੈਲਕੂਲੇਸ਼ਨ ਦੱਸ ਕੇ ਹਟਿਆ ਵੀ ਕੀ ਫਰਕ ਪੈ ਗਿਆ ਇੱਟਾਂ ਦਾ ਰੇਟ 7000 ਤੋਂ ਵੱਧ ਨਹੀਂ ਰਿਹਾ ਤਾਂ 500 ਰੁਪਏ 700 ਰੁਪਏ ਪਰ 1000 ਇੱਟ ਮਗਰ ਹਰ ਪੱਠਾ ਮਾਲਕ ਨੂੰ ਲੌਸ ਹੈ ਉਹ ਅਲੱਗ ਅਲੱਗ ਹੈ ਵੀ ਕੋਈ ਬੰਦਾ ਕਿੰਨੀ ਇੱਟ ਬਣਾਉਂਦਾ ਉਹਨੂੰ ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਹਰੇਕ ਨੂੰ ਲੌਸ ਹੈ ਮੈਂ ਨਹੀਂ ਸਮਝਦਾ ਵੀ ਪੰਜਾਬ ਦੇ ਵਿੱਚ ਕੋਈ ਵੀ ਪੱਠਾ ਮਾਲਕ ਇਸ ਵਾਰ ਕੋਈ 54 ਕਮਾਇਆ ਹੋਊਗਾ ਵਿਆਜ ਤਾਂ ਬਹੁਤ ਦੂਰ ਦੀ ਗੱਲ ਹੈ ਕੈਪੀਟਲ ਲੌਸ ਹੈ ਬਿਲਕੁਲ ਕਹਿ ਸਕਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਘਾਟਾ ਪਿਆ ਤਾਂ ਉਸ ਦਾ ਜਿਹੜਾ ਭੁਗਤਾਨ ਆ ਉਹ ਪੂਰਾ ਨਹੀਂ ਹੋਇਆ ਜਿਸ ਕਰਕੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੁਸ਼ਕਲਾਂ ਆ ਰਹੀਆਂ ਸੀਗੀਆਂ ਜਿਸ ਨੂੰ ਦੇਖਦੇ ਹੋਏ ਜਿਹੜਾ ਕਿ ਹੁਣ ਅਗਲਾ ਸੀਜ਼ਨ ਜਿਹੜਾ ਆ ਰਿਹਾ ਉਸ ਦੇ ਵਿੱਚ ਜਿਹੜਾ ਕਿ ਹੁਣ ਇੱਟਾਂ ਨਹੀਂ ਭੱਖਣਗੀਆਂ ਮਜ਼ਦੂਰ ਜਿਹੜੇ ਆਣਗੇ ਉਹ ਕੰਮ ਨਹੀਂ ਕਰਨਗੇ 2.5 ਲੱਖ ਦੇ ਕਰੀਬ ਜਿਹੜਾ ਮਜ਼ਦੂਰ ਨੇ ਉਹ ਇਸ ਹੜਤਾਲ ਦੇ ਨਾਲ ਇਸ ਸਟ੍ਰਾਈਕ ਦੇ ਨਾਲ ਜਿਹੜਾ ਕਿ ਪ੍ਰਭਾਵਿਤ ਹੋਣਗੇ 2700-2500 ਦੇ ਕਰੀਬ ਜਿਹੜਾ ਕਿ ਪੱਠੇ ਨੇ ਇੱਟਾਂ ਦੇ ਉਹ ਬੰਦ ਰਹਿਣਗੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਗਲੇ ਸੀਜ਼ਨ ਦੇ ਵਿੱਚ ਜਿਹੜੀਆਂ ਨੇ ਇੱਟਾਂ ਜੋ ਹੈ ਪੱਠੇ ਤੇ ਨਹੀਂ ਬਣਨਗੀਆਂ ਤਾਂ ਲੇਬਰ ਤੇ ਕਾਫੀ ਅਸਰ ਪਏਗਾ ਵੱਡਾ ਅਸਰ ਪਏਗਾ 2.5 ਲੱਖ ਦੇ ਕਰੀਬ ਮਜ਼ਦੂਰ ਨੇ ਜਿਹੜੇ ਉਹ ਬੇਰੁਜ਼ਗਾਰ ਹੋ ਜਾਣਗੇ ਤਾਂ ਇਸ ਪੱਠੇ ਦੇ ਜਿਹੜੇ ਕੰਮ ਕਰਦੇ ਨੇ ਮਜ਼ਦੂਰ ਸਾਡੇ ਨਾਲ ਉਹ ਵੀ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਸੁਰਿੰਦਰ ਸਿੰਘ ਕੀ ਕੰਮ ਕਰਦੇ ਹੋ ਉਰੇ ਪੱਕੀਆਂ ਇੱਟਾਂ ਨੇ ਸੇਲਿੰਗ ਦਾ ਕੰਮ ਕਰਦੇ ਡਰਾਈਵਰੀ ਤੇ ਤੇ ਜਿਸ ਤਰ੍ਹਾਂ ਹੁਣ ਦੱਸਿਆ ਹੈਗਾ ਕਿ ਜਿਹੜੇ ਇੱਟਾਂ ਦੇ ਪੱਠੇ ਨੇ ਉਹ ਅਗਲੇ ਸੀਜ਼ਨ ਦੇ ਵਿੱਚ ਬੰਦ ਹੋ ਜਾਣਗੇ 2.5 ਲੱਖ ਦੇ ਕਰੀਬ ਜਿਹੜੇ ਮਜ਼ਦੂਰ ਨੇ ਉਹ ਬੇਰੁਜ਼ਗਾਰ ਹੋ ਜਾਣਗੇ ਕਿੰਨਾ ਕੁ ਅਸਰ ਪਏਗਾ ਉਹ ਤਾਂ ਭੁੱਖੇ ਮਰਨ ਵਾਲਾ ਕੰਮ ਹੈ ਜੀ ਉਹ ਤਾਂ ਭੁੱਖੇ ਮਰਨ ਵਾਲਾ ਕੰਮ ਹੈ ਨਾ ਜੀ ਇਸ ਤੋਂ ਇਲਾਵਾ ਸਾਡੇ ਲਈ ਹੋਰ ਕੋਈ ਕੰਮ ਹੈ ਨਹੀਂ ਨਾ ਕੋਈ ਸਿੱਖਿਆ ਨਾ ਕੋਈ ਪੜ੍ਹਿਆ ਲਿਖਿਆ ਕਿ ਹਾਂ ਵੀ ਕੋਈ ਹੋਰ ਕੰਮ ਕਰ ਲਏਗਾ ਜੀ ਹਾਂ ਜੀ ਬਸ ਸਾਡੇ ਲਈ ਤਾਂ ਇਹੀ ਕੰਮ ਮਿਲ ਜਾਂਦਾ ਹੈਗਾ ਤਾਂ ਇਸ ਮੈਂ ਜਿੰਨੀ ਮਿਹਨਤ ਕਰ ਲੈਂਦੀ ਉਹੋ ਜਿਹਾ ਪੈਸਾ ਬਣ ਜਾਂਦਾ ਤਾਂ ਕਾਮਯਾਬ ਹੈਗੇ ਨਹੀਂ ਤਾਂ ਮਰੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਉਰੇ ਦੇ ਹੀ ਉਰੇ ਦੇ ਰਹਿਣ ਵਾਲੇ ਹੋ ਹਾਂਜੀ ਕਿੰਨੇ ਸਾਲ ਹੋ ਚੁੱਕੇ ਨੇ ਇੱਥੇ ਕੰਮ ਕਰ ਰਹੇ ਹੋ ਜਿੰਨੇ
ਦੇਖੋ ਮੈਨੂੰ ਤਾਂ ਵੈਸੇ ਖੈਰ ਉਰੇ ਹੋ ਗਏ, ਬਾਕੀ ਸਾਡੇ ਲਵੇ ਉਰੇ ਤਾਂ ਹਰੇਕ ਦੇਸ਼ ਦੇ ਬੰਦੇ ਆਉਂਦੇ ਨੇ ਉਰੇ ਕੰਮ ਕਰਨ ਵਾਸਤੇ, ਤਾਂ ਹਰੇਕ ਕੰਟਰੀ ਦੇ ਇਹ ਸੋਚ ਲਓ। ਮਤਲਬ ਜੇਕਰ ਇੱਥੋਂ ਕੰਮ ਜਾਂਦਾ ਜਿਸ ਤਰ੍ਹਾਂ ਦੱਸਿਆ ਕਿ ਬੇਰੁਜ਼ਗਾਰ ਹੋ ਜਾਣਗੇ, ਕਿਤੇ ਹੋਰ ਨਹੀਂ ਕੰਮ ਕਰ ਸਕਦੇ ਤੁਸੀਂ? ਬਸ ਉਹਨਾਂ ਪੱਲੇ ਇਹੀ ਹੈ ਜੀ ਕਿ ਹਾਂ ਵੀ ਇਹ ਗਰਮੀਆਂ ਦੇ ਦਿਨਾਂ 'ਚ ਕੁਛ ਦਿਨ 2 ਮਹੀਨੇ ਦਾ ਰੈਸਟ ਮਿਲ ਜਾਂਦਾ ਜੀ, ਉਸ ਤੋਂ ਬਾਅਦ ਫਿਰ ਇਹੀ। ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਗਾ ਕਿ ਜਿਸ ਤਰ੍ਹਾਂ ਇਹ ਮੰਗ ਕਰ ਰਹੇ ਨੇ ਕਿ ਜਿਹੜਾ ਟੈਕਸ ਵਧਾਇਆ ਗਿਆ ਤਾਂ ਉਹਨੂੰ ਘਟਾਇਆ ਜਾਵੇ, ਫਿਰ ਤੋਂ ਉਹੀ ਟੈਕਸ ਕੀਤਾ ਜਾਵੇ ਜਿਹੜਾ ਪਹਿਲਾਂ ਹੁੰਦਾ ਸੀਗਾ, ਤਾਂ ਤੁਸੀਂ ਕੀ ਮੰਗ ਕਰਨਾ ਚਾਹੁੰਗੇ? ਕਿਉਂਕਿ ਤੁਹਾਡੀ ਵੀ ਰੁਜ਼ਗਾਰ ਜਾ ਰਿਹਾ, ਜੇਕਰ ਪੱਠੇ ਬੰਦ ਹੋ ਗਏ ਤਾਂ ਤੁਹਾਡਾ ਵੀ ਰੁਜ਼ਗਾਰ ਗਿਆ। ਰੁਜ਼ਗਾਰ ਗਿਆ ਜੀ ਸਾਡਾ ਤਾਂ। ਕੀ ਮੰਗ ਕਰਨਾ ਚਾਹੁੰਗੇ ਸਰਕਾਰ ਤੋਂ? ਬਸ ਇਹੀ ਕਰਾਂਗੇ ਕਿ ਚਾਰੋਂ ਪਾਸੇ ਜਿਵੇਂ ਇਹਨਾਂ ਦਾ ਵੀ ਦੇਖਣ ਤੇ ਸਾਡਾ ਵੀ ਦੇਖਣ ਜੀ, ਠੀਕ ਹੈ ਨਾ। ਅਗਰ ਜੇ ਇਹਨਾਂ ਨੂੰ ਬਚੇਗਾ ਕੁਛ ਤਾਂ ਹੀ ਤਾਂ ਅਸੀਂ ਕਾਮਯਾਬ ਹੋਵਾਂਗੇ, ਜੇ ਇਹਨਾਂ ਨੂੰ ਨਹੀਂ ਬਚੇਗਾ ਇਹ ਕਿਉਂ ਚਲਾਉਣਗੇ ਜੀ? ਚਲੋ ਇਹ ਤਾਂ ਕੋਈ ਹੋਰ ਰੁਜ਼ਗਾਰ ਧੰਦਾ ਜਾਂ ਕੋਈ ਹੋਰ ਬਿਜ਼ਨਸ ਕਰ ਲੈਣਗੇ ਜੀ, ਅਸੀਂ ਕਿੱਥੇ ਜਾਵਾਂਗੇ, ਠੀਕ ਹੈ ਨਾ ਜੀ। ਉਹਨਾਂ ਨੇ ਤਾਂ ਚਲੋ ਕੁਛ ਇਕੱਠਾ ਕਰ ਰੱਖਿਆ ਹੋਣਾ ਕਿ ਬਈ ਉਹ ਕੁਛ ਹੋਰ ਕਾਰੋਬਾਰ ਕਰ ਲੈਣਗੇ, ਠੀਕ ਹੈ ਜੀ, ਤੇ ਅਸੀਂ ਕੀ ਕਰਾਂਗੇ ਜੀ? ਬਿਲਕੁਲ ਸਹੀ ਗੱਲ ਹੈ, ਇਹਨਾਂ ਦਾ ਕਹਿਣਾ ਹੈ ਕਿ ਜੇਕਰ ਪੱਠੇ ਬੰਦ ਹੋ ਗਏ ਤਾਂ ਅਸੀਂ ਕੋਈ ਹੋਰ ਕੰਮ ਕਰਨ ਜੋਗੇ ਨਹੀਂ, ਕਿਉਂਕਿ 2 ਮਹੀਨੇ ਦੀ ਜਿਹੜੀ ਰੈਸਟ ਹੈ ਇੱਥੋਂ ਦੀ ਮਿਲ ਜਾਂਦੀ ਹੈ ਤਾਂ ਇੱਥੇ ਹੀ ਕੰਮ ਕਰ ਸਕਦੇ ਹਾਂ ਅਸੀਂ। ਤਾਂ ਸਰਕਾਰ ਨੂੰ ਲੋੜ ਹੈ ਪੱਠਾ ਮਾਲਕਾਂ ਦੀ ਜਿਹੜੀ ਗੁਹਾਰ ਜਿਹੜੀ ਲਗਾਈ ਜਾ ਰਹੀ ਹੈ ਉਹਨਾਂ ਦੀ ਤਰਫ ਤੋਂ, ਉਹਨਾਂ ਵੱਲ ਧਿਆਨ ਦੇਣ ਦੀ, ਤਾਂ ਜੋ ਲੇਬਰ ਹੈ ਜੋ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤਾਂ ਪੱਠਾ ਮਾਲਕਾਂ ਦਾ ਵੀ ਜੋ ਨੁਕਸਾਨ ਹੈ ਉਹ ਨਾ ਹੋਵੇ। ਦੇਖਣਾ ਹੋਵੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਮਦਦ ਕਰਦੀ ਹੈ, ਕਿਸ ਤਰ੍ਹਾਂ ਇਹਨਾਂ ਦੀ ਗੱਲਬਾਤ ਹੈ ਜੋ ਸੁਣਦੀ ਹੈ, ਤਾਂ ਕਿਸ ਪੱਧਰ ਤੇ ਇਹਨਾਂ ਦੇ ਜਿਹੜੇ ਮਾਮਲੇ ਹੈ ਜਿਹੜੇ ਜਿਹਨਾਂ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਦੀਆਂ ਉਸ ਦਾ ਕਿਸ ਪੱਧਰ ਤੇ ਜਿਹੜਾ ਹੱਲ ਕੀਤਾ ਜਾਂਦਾ। ਕੈਮਰਾ ਪਰਸਨ ਰਵਿੰਦਰਪਾਲ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ ਟੀਵੀ।